अस्सलाम वालेकुम दोस्तों, मैं उम्मीद करता हूँ कि आप सब खैरियत से होंगे। तो आज आपको एक ऐसे शख्स से मिलाने जा रहा हूँ कि जो दरख्तों से लाखों कमा रहा है। तो आइए उस भाई से मिलते हैं और उससे कुछ जानकारी लेते हैं। अस्सलाम वालेकुम। वालेकुम अस्सलाम। पहला तो अपना नाम जी, अल्लाह पाक का शुक्र है, अपना नाम दस्या जी। अज़र इकबाल। अज़र इकबाल, अच्छा अज़र भाई, जो है तुम ला वेखे ना बूटे किस चीज़ दिलाए? जी पॉपुलर है। ਪਪੂਲਰ ਹੈ ਜੀ। ਜੀ ਜੀ। ਅੱਛਾ ਤਾਂ ਕੀ ਜੀ ਲਾਉਣ ਦਾ ਤਰੀਕੇਕਾਰ ਹੈ ਜੀ? ਇਹਦਾ ਲਾਉਣ ਦਾ ਤਰੀਕੇਕਾਰ ਇਹ ਬੂਟਾ ਬਣ ਗਿਆ ਨਾ ਜੀ, ਇਹਦੇ ਉੱਤੋਂ ਸੋਟੀ ਵੜ ਲੈਣੀ। ਸਹੀ ਹੈ ਜੀ। ਸੋਟੀ ਕੱਪ ਕੇ ਤਾਂ ਉਹ ਬੰਨੇ ਤੋਂ ਚੋਕ ਦੇਣੀ। ਸਹੀ ਹੈ, ਉਸ ਲੱਗ ਜਾਣਾ। ਸਹੀ ਹੈ ਜੀ। ਅੱਛਾ ਉਹ ਜਿਹੜੀ ਸੋਟੀ ਤੁਸੀਂ ਵੱਡੇ ਬੂਟੇ ਤੋਂ ਤਿਆਰ ਹੋਈ ਹੋਣੀ ਸੋਟੀ, ਉਹ ਕੱਪ ਕੇ ਅਗਾਂ ਲਾਣੀ ਹੈ ਉਹ ਤਿਆਰ ਹੋ ਜਾਂਦੀ ਹੈ ਕੰਮ? ਜੀ ਜੀ। ਅੱਛਾ ਤਾਂ ਬੂਟਾ ਨਹੀਂ ਲਾਇਆ ਜਾਂਦਾ? ਨਹੀਂ ਨਹੀਂ, ਬੂਟਾ ਤਾਂ ਨਹੀਂ, ਇਹ ਸੁੱਕਾ ਜਿਹਾ ਕੰਮ ਹੈ ਜੀ। ਬੂਟਾ ਵੀ ਲੱਗ ਜਾਂਦਾ ਹੈ, ਬਲਕਿ ਉਹਦੇ ਨਾਲ ਬੜਾ ਜ਼ਿਆਦਾ ਕਰਦੀ। ਸਹੀ ਹੈ ਜੀ ਜੀ। ਅੱਛਾ ਤੇ ਇਹਨੂੰ ਬਾਅਦ ਚ ਕੁਝ ਖਾਦ ਵਗੈਰਾ ਪਾਣੀ ਸ਼ਾਣੀ ਕੋਈ? ਕੋਈ ਜੀ, ਅੱਲਾ ਦੀ ਆਸ ਹੀ ਹੈ, ਖਾਦ ਵਗੈਰਾ ਜਿਹੜੀ ਆ ਵਾਹਨ ਮੁੰਜੀ ਲਾਈ ਉਹਦੇ ਵਿੱਚ ਖਾਦ ਵਗਾਈ ਦੀ, ਉੱਤੇ ਨਹੀਂ ਲੜ ਜਾਂਦੀ। ਸਹੀ ਜੀ ਜੀ ਜੀ। ਅੱਛਾ ਜੀ, ਤੇ ਇਹਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾਇਆ ਜਾਂਦਾ ਜੀ? ਇਹਨੂੰ ਪਾਣੀ ਜੇ ਰੋਜ਼ ਵੀ ਲੱਗ ਜਾਵੇ ਤਾਂ ਵੀ ਕੋਈ ਡਰ, ਤੂੰ ਹਫ਼ਤੇ ਬਾਅਦ ਪਾਣੀ ਲੱਗ ਜਾਵੇ ਤਾਂ ਉਹਦਾ ਹੀ ਵਜ਼ਨ ਪੈਦਾ ਬਣ ਜਾਂਦਾ। ਸਹੀ ਹੈ ਜੀ ਜੀ ਜੀ। ਤੇ ਇਹ ਜੀ ਬੂਟਾ ਕਿੰਨੇ ਅਰਸੇ ਵਿੱਚ ਤਿਆਰ ਹੋ ਜਾਂਦਾ ਜੀ? 8 ਸਾਲ ਤਾਂ ਹੋ ਜਾਵੇ ਨਾ ਜੀ, ਤੇ ਇਹ 20 ਮਣ ਵਜ਼ਨ ਦੇ ਦਿੰਦਾ। 20 ਮਣ ਵਜ਼ਨ ਦੇ ਦਿੰਦਾ ਜੀ। ਸਹੀ ਹੈ। ਤੇ ਹੁਣ ਕਿੰਨਾ ਇੱਕ ਅਰਸਾ ਹੋ ਗਿਆ ਤੁਹਾਨੂੰ ਲਾਇਆ ਬੂਟਾ? ਇਹ 2 ਸਾਲ ਹੋ ਗਏ। 2 ਇੱਕ ਸਾਲ ਹੋ ਗਏ। ਇਹ ਹੁਣ ਕਿੰਨਾ ਇੱਕ ਵਜ਼ਨ ਹੋ ਸੀ ਜੀ ਇਹਨਾਂ? ਇਹਨਾਂ ਤੇ 4 ਇੱਕ ਮਣ, 5 ਮਣ, 4 ਮਣ। ਅੱਛਾ, ਇੱਕ ਬੂਟੇ ਦਾ 4 ਮਣ ਜੀ? ਇਹ 4 ਮਣ, ਕੋਈ 5 ਮਣ ਹੈ ਵਿੱਚ ਵਾਧੇ ਘਟੇ ਚ ਹੋ ਜਾਂਦੇ। ਸਹੀ ਹੈ ਜੀ। ਇੱਕ ਕਿੱਲਾ 4 ਕਿ ਮੁਖੀ ਲਾਇਓ ਨਾ? ਸਹੀ ਹੈ। ਵੇ ਮੁੰਜੀ ਵੀ ਲਾ ਰਹੇ ਆ? ਸਹੀ ਹੈ। ਇਹ ਦੋਰਾ ਫਸਲ 4 ਹੈ। ਸਹੀ। ਇਹਦੇ ਨਾਲ ਫਸਲ ਦੀ ਕੋਈ ਖਰਾਬ ਵਗੈਰਾ ਤਾਂ ਨਹੀਂ ਹੁੰਦੇ? ਨਹੀਂ ਨਹੀਂ, ਕੋਈ ਖਰਾਬੀ ਸ਼ਰਾਬੀ ਕੋਈ ਨਹੀਂ ਨੁਕਸਾਨ ਕਰਦੀ। ਅੱਛਾ ਜੀ ਜੀ। ਸਹੀ, ਇਹਦੇ ਵਿੱਚ ਤੁਸੀਂ ਫਸਲ ਵੀ ਲਾ ਸਕਦੇ ਹੋ? ਇਹਦਾ ਸਾਇਆ ਸੂਇਆ ਕੋਈ ਨਹੀਂ? ਨਾ, ਕੋਈ ਸਾਇਆ ਸੂਇਆ ਨਹੀਂ। ਅੱਛਾ ਜੀ। ਅੱਛਾ, ਇਹਦੇ ਵਿੱਚ ਤੁਸੀਂ ਹੁਣ ਚਾਵਲ ਦੀ ਫਸਲ ਲੈ ਰਹੇ ਹੋ? ਜਾਂ ਚਾਵਲ ਦੀ? ਸਹੀ ਹੈ ਜੀ। ਅੱਛਾ ਅਜ਼ਰ ਬਾਈ, ਜਿਹੜੇ ਤੁਸੀਂ ਕਿੰਨੇ ਏਕੜ ਵਿੱਚ ਲਾਇਆ ਜੀ? ਇਹ ਜੀ ਮੇਰੇ ਕੋਲ 2 ਕਿੱਲੇ ਰਕਬਾ ਹੈ ਜੀ। 2 ਕਿੱਲਿਆਂ ਦੇ 4 ਚਮੁੱਕੀ ਮੈਂ ਲਾਇਆ। 4 ਚਮੁੱਕੀ ਲਾਇਆ? 4 ਚਮੁੱਕੀ। ਸਹੀ ਹੈ। ਤੇ ਇਹ ਸ਼ਫੀਦੇ ਨਾਲ ਉਹ ਅੱਛਾ ਹੈ ਬੁਰਾ ਹੈ? ਇਹ ਸ਼ਫੀਦੇ ਨਾਲ ਅੱਛਾ ਵੀ ਹੈ, ਤਾਂ ਸ਼ਫੀਦਾ ਜਿਹੜਾ ਉਹ ਬੜਾ ਜ਼ਿਆਦਾ ਕਰ ਵੇਂਦਾ, ਇਹ ਜਿਹੜਾ ਬੜਾ ਘੱਟ ਕਰਦਾ, ਇਹਦਾ ਰੇਟ ਜ਼ਿਆਦਾ ਹੈ। ਰੇਟ ਜ਼ਿਆਦਾ ਜੀ? ਯਾਰ ਰੇਟ। ਸਹੀ ਹੈ। ਤੇ ਸ਼ਫੀਦਾ ਤਾਂ ਜੀ ਵੇਖੇ ਨਾ, ਉਹ ਯਕਸਾ ਜਿਹਾ ਸਾਰੀ ਜ਼ਮੀਨ ਦੇ ਵਿੱਚ ਲਾ ਦਿੰਦੇ ਨੇ ਬੰਦੇ, ਤੇ ਕੀ ਹੁੰਦੇ ਨੇ ਬੰਨਿਆਂ ਤੇ ਵੀ ਲਾਉਂਦੇ ਨੇ? ਤੁਸੀਂ ਇਹ ਸਾਰੀ ਜ਼ਮੀਨ ਵਿੱਚ ਵੀ ਲੱਗ ਸਕਦੇ ਨੇ ਕਿ ਵੈਸੇ ਬੰਨਿਆਂ ਤੇ ਹੀ ਲਾ ਸਕਦੇ? ਜੀ, ਬੰਨਿਆਂ ਤੇ ਲਾਈਏ ਤਾਂ ਠੀਕ ਰਹਿੰਦੇ ਨੇ, ਜੇ ਜ਼ਮੀਨ ਵਿੱਚ ਲਾਈਏ ਨਾ ਜੀ, ਇਹ ਦਿਹਾੜੀ ਦਾ ਬੂਟਾ 3 ਸਾਲ ਦਾ ਸ਼ਫੀਦਾ ਹੋ ਜਾਵੇ ਤਾਂ ਉਹ 8 ਕਿਲੋ ਪਾਣੀ ਪੀਂਦਾ। ਅੱਛਾ ਜੀ। ਨਾ ਉਹ ਪਾਣੀ ਪੂਰਾ ਹੁੰਦਾ ਜੀ, ਨਾ ਇਤਨਾ ਦਮਦਾਰ ਦੇ ਸਕਦਾ। ਸਹੀ ਹੈ ਜੀ। ਇਹ ਜਿਹੜਾ ਪਪੂਲਰ ਹੈ ਇਹ ਪਾਣੀ ਐਡਾ ਨਹੀਂ ਲੈਂਦਾ। ਸਹੀ ਹੈ ਜੀ। ਅੱਛਾ ਸਰ ਬਾਈ, ਜਿਹੜਾ ਦਾ ਸੇਲ ਦਾ ਤਰੀਕੇਕਾਰ ਕੀ ਹੈ ਜੀ? ਸੇਲ ਦਾ ਤਰੀਕੇਕਾਰ ਹੈ ਮਜ਼ਦੂਰ ਮਿਲਾ ਦੇਣਾ। ਸਹੀ ਹੈ ਜੀ। ਉਹਨੇ 600 ਰੁਪਈਆ ਦਿਹਾੜੀ ਖਰੀ ਬੰਦਨ ਦੇਣੀ। ਸਹੀ ਹੈ। ਕਟੋਰੋ ਸੀ ਉਹਦੇ ਵਿੱਚ ਤੇਲ ਪੁੰਦਾ ਜੀ, ਉਹ ਚੱਲ ਜਾਂਦੀ ਉਹ ਵੜ ਚੜੇ ਸੀ। ਸਹੀ ਹੈ। ਦਿਹਾੜੀ ਵਿੱਚ ਲੱਦ ਕੇ ਮੈਂ ਟਰਾਲੇ ਤਾਂ ਸਿੱਧਾ ਮਾਰਕੀਟ 'ਚ ਲਗਾ ਜਾ। ਸਹੀ ਹੈ। ਸੁਬਾ ਇਹ 650, 500, 650 ਜੀ, ਪੂਰਾ 600 ਇਹ ਰੇਟ ਮੰਨ ਲੱਗ ਜਾਂਦੇ। ਸਹੀ ਹੈ। ਇਹ ਇੱਕ ਬੰਨਾ ਕਪਿਓ ਮੇਰਾ ਰੁਪਈਆ 1.5 ਲੱਖ ਦੀ ਬਣ ਜਾਂਦਾ। ਅੱਛਾ, ਇੱਕ ਕਿੱਲੇ ਦਾ ਬੰਨਾ ਕਪਿਆ? ਜੀ, ਇੱਕ ਕਿੱਲੇ ਦਾ ਪਾਸਾ ਕਪਿਆ ਨੇ ਜੀ, 1.5 ਲੱਖ ਦਾ ਰੁਪਈਆ ਉਹ ਬਣ ਜਾਂਦਾ। ਸਹੀ ਹੈ ਜੀ। ਅੱਛਾ, ਤੁਸੀਂ ਆਪ ਇਹ ਖੁਦ ਸਾਟੇ ਆਉਂਦੇ ਹੋ, ਸੇਲ ਨਹੀਂ ਹੋਗਾ ਕਰਦੇ ਜੀ? ਸੇਲ ਕਰਦੇ ਹਾਂ, ਜੇ ਕੋਈ ਵਪਾਰੀ ਸਹੀ ਲੱਗ ਗਿਆ, ਜੇ ਉਹ ਪੈਸੇ ਚੰਗੇ ਦੇਵੇ ਠੀਕ, ਇੱਥੇ ਦੇ ਛੱਡਿਆ, ਨਹੀਂ ਤਾਂ ਵੱਡਿਆ ਤਾਂ ਮੈਂ ਚੁੱਪ ਕਰਕੇ ਲੈ ਗਿਆ ਉੱਥੇ ਜਾ ਕੇ ਛੱਡਿਆ। ਸਹੀ ਹੈ ਜੀ। ਟੈਨਸ਼ਨ ਕਰਨੀ ਤੇ ਪੈਸੇ ਨਗਦ ਮੈਂ ਘਰ। ਸਹੀ ਹੈ ਜੀ। ਸਰ ਬਾਈ, ਤੁਹਾਡਾ ਬੜਾ ਸ਼ੁਕਰੀਆ। ਤੇ ਸਾਡੇ ਕੋਈ ਨਾਜ਼ਰੀਨ ਨੂੰ ਕੋਈ ਦੱਸਣਾ ਚਾਹੋਗੇ ਜੀ? ਜੀ ਇਨਸ਼ਾਅੱਲਾ ਬੜਾ ਦੱਸਣਾ ਚਾਹੁੰਦੇ ਹਾਂ ਜੀ। ਇਹ ਕਾਰੋਬਾਰ ਅੱਛਾ ਹੈ ਬੁਰਾ ਹੈ ਕਿ ਇਸ ਦਾ? ਇਹ ਜੀ ਬਾਈ ਜੀ, ਮੁਖਤ ਬਾਈ ਹੈ ਜੀ, ਪੈਸੇ ਚੰਗੇ ਮਿਲ ਜਾਂਦੇ ਨੇ ਜੀ, ਆਪਣੀ ਟੈਨਸ਼ਨ ਕਮੀ ਕੋਈ ਨਹੀਂ, ਵਿੱਚ ਮੁੰਜੀ ਲਾ ਰਹੇ ਹਾਂ ਉਹਦੇ ਪੈਸੇ ਵੱਖਰੇ ਮਿਲ ਜਾਂਦੇ ਜੀ, ਤੇ ਅੱਲਾ ਪਾਕ ਦਾ ਬੜਾ ਲੱਖ ਲੱਖ ਸ਼ੁਕਰੀਆ। 2 ਕਿੱਲੇ ਰਕਬਾ ਹੈ ਭਈਆ, 5-7 ਲੱਖ ਦਾ ਰੋਕੜ ਨਾਲ ਮੈਂ ਕੱਢ ਸਕਦਾ ਜੀ, ਤੇ ਜਿਹੜਾ ਇਹਨੇ 2 ਕਿੱਲੇ ਰਕਬੇ ਤੋਂ ਲਾ ਰਹੇ ਹਾਂ, ਇਹ ਪਾਪੂਲਰ ਲਾਇਆ ਹੋਇਆ ਤੇ ਪੈਸੇ ਚੰਗੇ ਬਣ ਜਾਂਦੇ ਜੀ, ਉਹਦੇ ਪੈਸੇ ਮੈਂ ਆਪਣੇ ਵੱਟੋ ਭਈਆ 5-7 ਲੱਖ ਦਾ ਰੋਕੜ ਨਾਲ ਕੱਢ ਸਕਦਾ। ਸਹੀ। ਅੱਜ ਵੱਡਾ ਦਮਦਾਰ ਕੋਈ ਪੈਸਾ ਨਹੀਂ ਨਿਕਲਦਾ, ਜਿਹੜੇ ਰੁੱਖ ਲਾ ਕੇ ਪੈਸੇ ਬਣਾ ਲੈਂਦੇ, ਮੁਖਤ ਭਾਈ ਹੈ, ਇੱਦਾਂ ਖਰਚਾ ਮਰਚਾ ਕੋਈ ਨਹੀਂ ਜੀ, ਇਤਨੇ ਪੈਸੇ ਮੈਂ ਬਣਾ ਲੈਂਦਾ, ਕੋਈ ਫਾਇਦਾ ਹੈ ਤਾਂ ਇਤਨੇ ਬਣ ਜਾਂਦੇ ਜੀ। ਤੁਹਾਡਾ ਅਜ਼ਰ ਬਾਈ ਬੜਾ ਸ਼ੁਕਰੀਆ, ਤੁਸੀਂ ਟਾਈਮ ਦਿੱਤਾ ਜੀ ਜੀ, ਅਤੇ ਆਪਣਾ ਕੀਮਤੀ ਵਕਤ ਦਿੱਤਾ ਤੁਸੀਂ ਆਪਣਾ, ਤੁਹਾਡਾ ਬੜਾ ਸ਼ੁਕਰੀਆ। ਬੜਾ ਤੁਹਾਡਾ ਬਾਈ ਜੀ ਸ਼ੁਕਰੀਆ, ਜਿਹੜਾ ਤੁਸੀਂ ਆਏ ਹੋ ਸਾਡੇ ਕੋਲ ਇੰਟਰਵਿਊ ਲੈਣ, ਸਾਡੀ ਇਹ ਚੀਜ਼ ਵੇਖਣ ਆਇਓ। ਅੱਛਾ ਦੋਸਤੋ, ਆਪਣੇ ਵੀਡੀਓ ਦੇਖੀ, ਆਪਣੇ ਅਜ਼ਰ ਬਾਈ ਸੇ ਇੰਟਰਵਿਊ ਕਾ ਕੀਆ, ਉਹਨਾਂ ਨੇ ਬਹੁਤ ਹੀ ਅੱਛੀ ਅੱਛੀ ਬਾਤੇਂ ਬਤਾਈ ਹੈ ਕਿ ਜੋ ਇਸ ਫਸਲ ਵੀ ਲੈ ਸਕਤੇ ਹੈ, ਅਗਰ ਕਿਨਾਰੋ ਪਰ ਲਗਾਇਆ ਹੋ ਤੋ ਇੱਕ ਏਕੜ ਪਰ ਤੋ ਬੀਚ ਮੇ ਫਸਲ ਵੀ ਲੈ ਸਕਤੇ ਹੈ, ਫਸਲ ਕਾ ਵੀ ਕੋਈ ਨੁਕਸਾਨ ਨਹੀਂ ਹੋਤਾ। ਤੋ ਦੋਸਤੋ, ਆਪਣੇ ਵੀਡੀਓ ਦੇਖੀ, ਆਪਕੋ ਵੀਡੀਓ ਅੱਛੀ ਲਗੀ ਹੋਗੀ,
तो अगर वीडियो अच्छी लगी हो तो लाइक कमेंट कर देना, मेरे चैनल को जरूर सब्सक्राइब कीजिएगा, साथ बेल है उसको लाजमी प्रेस कर दीजिएगा ताकि हर वीडियो की आपको टाइम पर नोटिफिकेशन मिल सके। तो मिलते हैं इंशाल्लाह, तब तक दीजिए तो अल्लाह हाफिज़।